ਦੋ ਹਨੇਰੀਆਂ ਜ਼ਿੰਦਗੀਆਂ ਨੂੰ ਰੋਸ਼ਨ ਕਰ ਰਹੀਆਂ ਹਨ ਨਰੇਸ਼ ਇੰਸਾ ਦੀਆਂ ਅੱਖਾਂ। ਨੇਤਰਦਾਨੀ ਅਤੇ ਸਰੀਰਦਾਨੀ ਨਰੇਸ਼ ਇੰਸਾ ਨੂੰ ਨਾਮ ਚਰਚਾ ਕਰ ਦਿੱਤੀ ਸ਼ਰਧਾਂਜਲੀ। ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਚੇਨਸਾ ਦੀਆਂ ਪਾਵਨ ਸਿੱਖਿਆਵਾਂ ਤੇ ਚੱਲਦਿਆਂ ਡੀਰਾ ਸੱਚਾ ਸੌਦਾ ਦੇ ਪੈਰੋਕਾਰ ਜਿਉਂਦੇ ਜੀ ਹੀ ਨਹੀਂ ਸਗੋਂ ਮਰਨ ਤੋਂ ਬਾਅਦ ਵੀ ਦੂਜਿਆਂ ਦੇ ਕੰਮ ਆਉਂਦੇ ਹਨ। ਇਸੇ ਲੜੀ ਤਹਿਤ ਸੈਕਟਰ 40 ਬਲਾਕ ਚੰਡੀਗੜ੍ਹ ਦੇ ਵਸਨੀਕ ਨਰੇਸ਼ ਕੁਮਾਰ ਇੰਸਾ ਦੀ ਮ੍ਰਿਤਕ ਦੇ ਹਾਲ ਹੀ ਵਿੱਚ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਸੀ। ਉਹਨਾਂ ਦੀ ਯਾਦ ਵਿੱਚ ਕਮਿਊਨਿਟੀ ਸੈਂਟਰ ਸੈਕਟਰ 50 ਚੰਡੀਗੜ੍ਹ ਵਿਖੇ ਨਾਮ ਚਰਚਾ ਕਰਵਾਏਗੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਣਵੀਰ ਇੰਸਾ ਨੇ ਪਵਿੱਤਰ ਨਾਰਾ ਲਗਾ ਕੇ ਕੀਤੀ। ਨਾਮ ਚਰਚਾ ਦੌਰਾਨ ਸੈਂਕੜੇ ਦੀ ਗਿਣਤੀ ਵਿੱਚ ਇਕੱਤਰ ਹੋਈ ਸਾਧ ਸੰਗਤ, ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਧਿਕਾਰੀਆਂ ਨੇ ਨੇਤਰਦਾਨੀ ਅਤੇ ਸਰੀਰਦਾਨੀ ਨਰੇਸ਼ ਇੰਸਾ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ। ਨਾਮ ਚਰਚਾ ਦੌਰਾਨ ਨਰੇਸ਼ ਇੰਸਾ ਦੇ ਪਰਿਵਾਰ ਵੱਲੋਂ 7 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ 1 ਮਹੀਨੇ ਦਾ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਨਰੇਸ਼ ਇੰਸਾ ਦੇ ਪਰਿਵਾਰ ਵੱਲੋਂ ਗਰਮੀਆਂ ਦੇ ਮੱਦੇਨਜ਼ਰ ਪੰਛੀਆਂ ਦੀ ਪਿਆਸ ਬੁਝਾਉਣ ਲਈ ਪਾਣੀ ਲਈ ਮਿੱਟੀ ਦੇ 55 ਬਰਤਨ ਵੀ ਰੱਖੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਮਲਰਾਜ ਇੰਸਾ ਅਤੇ ਸੰਤੋਸ਼ ਇੰਸਾ ਨੇ ਕਿਹਾ ਕਿ ਨਰੇਸ਼ ਇੰਸਾ ਨੇ ਆਪਣੇ ਆਖਰੀ ਸਾਹਾਂ ਤੱਕ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚ ਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਆਪਣਾ ਤਨ ਮਨ ਧਨ ਕੁਰਬਾਨ ਕੀਤਾ। ਇਸ ਮੌਕੇ ਨਰੇਸ਼ ਇੰਸਾ ਦੇ ਪਰਿਵਾਰ ਨੂੰ ਅੱਖਾਂ ਦਾਨ ਕਰਨ ਅਤੇ ਪ੍ਰਸ਼ੰਸਾ ਪੱਤਰ ਦੇਣ PGI ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਨਿਤੇਸ਼ ਰਾਏ ਨੇ ਕਿਹਾ ਕਿ ਨਰੇਸ਼ ਇੰਸਾ ਨੇ ਆਪਣਾ ਸਰੀਰ ਅਤੇ ਅੱਖਾਂ ਦਾਨ ਕਰ ਬਹੁਤ ਹੀ ਨੇਕ ਕੰਮ ਕੀਤਾ। ਉਹਨਾਂ ਕਿਹਾ ਕਿ ਮੈਂ ਪੂਜਨੀ ਗੁਰੂ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੀ ਪ੍ਰੇਰਣਾ ਤੇ ਚੱਲਦਿਆਂ ਨਰੇਸ਼ ਇੰਸਾ ਦੇ ਪਰਿਵਾਰ ਨੇ ਉਹਨਾਂ ਦੀਆਂ ਅੱਖਾਂ ਅਤੇ ਸਰੀਰ ਦਾਨ ਕੀਤਾ। ਉਹਨਾਂ ਕਿਹਾ ਕਿ ਮੈਂ ਨਰੇਸ਼ ਇੰਸਾ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਵੱਲੋਂ ਦਾਨ ਦਿੱਤੀਆਂ ਅੱਖਾਂ ਅੱਜ 2 ਬੱਚਿਆਂ ਨੂੰ ਲਗਾਈਆਂ ਜਾ ਚੁੱਕੀਆਂ ਹਨ ਜੋ ਉਹਨਾਂ ਦੀ ਬਚਪਨ ਤੋਂ ਹੀ ਹੋਈ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਪ੍ਰਦਾਨ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਨੇ ਨਰੇਸ਼ ਇੰਸਾ ਨੂੰ ਦੁਆਵਾਂ ਦਿੱਤੀਆਂ ਹਨ ਕਿ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਬੱਚੇ ਸਾਨੂੰ ਦੇਖ ਸਕੇ ਹਨ। ਨਾਮ ਚਰਚਾ ਦੌਰਾਨ ਲੋਕ ਸਭਾ ਉਮੀਦਵਾਰ BJP ਸੰਜੇ ਟੰਡਨ ਨੇ ਵੀ ਸ਼ਿਰਕਤ ਕੀਤੀ। ਉਹਨਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਨਰੇਸ਼ ਇੰਸਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਇਸ ਮੌਕੇ ਡੇਰਾ ਸੱਚਾ ਸੌਦਾ ਦੀ ਕਮੇਟੀ ਨਾਲ ਮਿਲ ਕੇ ਸ਼ਰੀਰਦਾਨ ਕਰਨ ਲਈ ਨਰੇਸ਼ ਇੰਸਾ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਜੇ ਟੰਡਨ ਨੇ ਕਿਹਾ ਕਿ ਇਹ ਸੱਚ ਹੈ ਕਿ ਹਰ ਕਿਸੇ ਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡਣਾ, ਪਰ ਕੁਝ ਲੋਕਾਂ ਨਾਲ ਅਜਿਹਾ ਹੁੰਦਾ ਹੈ ਕਿ ਉਹ ਸੰਸਾਰ ਨੂੰ ਜਦੋਂ ਛੱਡਦੇ ਹਨ ਤਾਂ ਉਹ ਅਮਰ ਹੋ ਜਾਂਦੇ ਹਨ। ਅਜਿਹਾ ਸਾਡੇ ਸਿਰਫ ਕਰਮਾਂ ਤੇ ਹੀ ਨਿਰਭਰ ਕਰਦਾ ਹੈ। ਉਹਨਾਂ ਕਿਹਾ ਕਿ ਜਦੋਂ ਮੈਂ ਇੱਥੇ ਡੇਰਾ ਪ੍ਰੇਮੀਆਂ ਬਾਰੇ ਸੁਣਦਾ ਤਾਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਉਹ ਨਿਯਮਤ ਤੌਰ ਤੇ ਖੂਨਦਾਨ ਕਰਦੇ ਹਨ ਅਤੇ ਜਿਸ ਨਾਲ ਕਈ ਜਾਨਾਂ ਬਚ ਜਾਂਦੀਆਂ ਹਨ। ਉਹਨਾਂ ਕਿਹਾ ਕਿ ਮੈਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਅੱਜ ਡੇਰਾ ਪ੍ਰੇਮੀ ਨਿਯਮਿਤ ਤੌਰ ਤੇ ਖੂਨਦਾਨ, ਅੱਖਾਂਦਾਨ ਅਤੇ ਹੁਣ ਮਰਨ ਉਪਰੰਤ ਸਰੀਰਦਾਨ ਵੀ ਕਰਦੇ ਹਨ। ਉਹਨਾਂ ਨਰੇਸ਼ ਇੰਸਾ ਬਾਰੇ ਕਿਹਾ ਕਿ ਮੇਰੀ ਉਹਨਾਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ ਕਿ ਮੈਂ ਉਹਨਾਂ ਤੋਂ ਅੱਜ ਇਹ ਸਿੱਖਿਆ ਲੈ ਕੇ ਵਿਦਾ ਹੋ ਰਿਹਾ ਹਾਂ ਕਿ ਮਰਨ ਤੋਂ ਬਾਅਦ ਵੀ ਇਨਸਾਨ ਦੂਜਿਆਂ ਦੇ ਕੰਮ ਕਿਵੇਂ ਆ ਸਕਦਾ ਹੈ।
ਨਾਮ ਚਰਚਾ ਦੇ ਦੌਰਾਨ ਚੰਡੀਗੜ੍ਹ ਦੇ ਕੌਂਸਲਰ ਜਸਬੀਰ ਸਿੰਘ ਬੰਟੀ, ਬਰਿੰਦਰ ਰਾਵਤ, ਦਰਸ਼ਨ ਗਰਗ, ਸਾਬਕਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਚੰਡੀਗੜ੍ਹ ਸਮੇਤ ਡੇਰਾ ਸੱਚਾ ਸੌਦਾ ਦੇ 85 ਮੈਂਬਰ, ਭੈਣ ਭਰਾ, ਸਾਧ ਸੰਗਤ, ਸ਼੍ਰੀ ਦਾਨੀ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤ ਮਿੱਤਰਾਂ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸ ਦਈਏ ਕਿ ਨਰੇਸ਼ ਹਿੰਸਾ ਹਾਲ ਵਿੱਚ ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਕੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਮ੍ਰਿਤਕ ਦੇ ਮੈਡੀਕਲ ਰਿਸਰਚ ਲਈ ਕੁੰਵਰ ਸ਼ੇਖਰ ਵਿਜੇਂਦਰ ਆਯੁਰਵੈਦਿਕ ਮੈਡੀਕਲ ਕਾਲਜ ਆਫ ਰਿਸਰਚ ਸੈਂਟਰ ਗੰਗੋਹ ਸਹਾਰਨਪੁਰ ਨੂੰ ਦਾਨ ਕੀਤੀ ਗਈ ਸੀ ਅਤੇ ਉਹਨਾਂ ਦੀਆਂ ਅੱਖਾਂ PGI ਵਿਖੇ ਦਾਨ ਕੀਤੀਆਂ ਗਈਆਂ ਸਨ। ਨਰੇਸ਼ ਜੀ ਨੇ ਉਹਨਾਂ ਨੂੰ ਆਪਣੀ ਅਸੀਂ ਸ਼ਰਧਾਂਜਲੀ ਦੇਣ ਲਈ ਬੈਠੇ ਹੋਏ ਹਾਂ। ਦੇਖਿਓ, ਇਹ ਗੱਲ ਤੇ ਪੱਕੀ ਹੈ ਕਿ ਹਰ ਬੰਦੇ ਨੇ ਇੱਕ ਨਾ ਇੱਕ ਦਿਨ ਤੇ ਇਹ ਸਰੀਰ ਛੱਡ ਕੇ ਜਾਣਾ ਹੀ ਹੈ, ਲੇਕਿਨ ਕੋਈ ਬੰਦਾ ਜਾਂਦੇ ਜਾਂਦੇ ਅਮਰ ਹੋ ਜਾਂਦਾ ਹੈ ਔਰ ਕੋਈ ਬੰਦਾ ਜਿਹੜਾ ਹੈ ਉਹ ਆਮ ਤੌਰ ਦੀ ਜ਼ਿੰਦਗੀ ਬਤੀਤ ਕਰਕੇ ਹੀ ਔਰ ਇੱਥੋਂ ਚਲਾਣਾ ਕਰ ਜਾਂਦਾ ਹੈ। ਇਹ ਸਾਡੇ ਕਰਮਾਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਾਂ ਨੇ ਆਪ ਨੂੰ ਕਿਵੇਂ ਉਹਦੇ ਲਈ ਪਰਿਵਰਤਿਤ ਕਰ ਸਕਦੇ ਹਾਂ। ਕੋਈ ਬੰਦਾ ਹਰ ਵਾਰੀ ਸਾਲ ਚ ਇੱਕ ਵਾਰੀ ਜਾਂ ਚਾਰ ਵਾਰੀ ਖੂਨ ਦਾਨ ਕਰਦਾ ਹੈ, ਉਸ ਖੂਨ ਦੇ ਨਾਲ ਵੀ ਦੇਖੋ ਪਤਾ ਨਹੀਂ ਕਿਹੜੇ ਨੇ ਬੰਦਿਆਂ ਦੀ ਜ਼ਿੰਦਗੀ ਬਚ ਜਾਂਦੀ ਹੈ। ਪਰ ਅਸੀਂ ਵੀ ਆਪਣੀ ਲਾਈਫ ਦੇ ਵਿੱਚ ਜਿਸ ਵੇਲੇ 18 ਸਾਲ ਦੇ ਹੋਏ ਤੇ ਅਸੀਂ ਐਲੀਜੀਬਲ ਹੋ ਗਏ, ਸਾਡੇ ਪਿਤਾ ਜੀ ਨੇ ਫੜ ਕੇ ਕਿਹਾ ਕਾਕਾ ਅੱਜ ਖੂਨ ਜਿਹੜਾ ਦਾਨ ਕਰ ਸਕਦੇ ਹੋ। ਪਹਿਲੀ ਵਾਰੀ ਤੇ ਬੰਦੇ ਨੂੰ ਡਰ ਲੱਗਦਾ ਕਿ ਪਤਾ ਨਹੀਂ ਖੂਨ ਨਿਕਲ ਜਾਏਗਾ ਤੇ ਕੀ ਹੋਏਗਾ, ਲੇਕਿਨ ਜਿਹੜਾ ਹੈ ਜਿਹੜੀ ਇਹ ਗੱਲ ਕਹੀ ਜਾਂਦੀ ਜੀਤੇ ਜੀਤੇ ਰਕਤ ਦਾਨ ਔਰ ਜਾਤੇ ਜਾਤੇ ਨੇਤਰ ਦਾਨ, ਇਹਨਾਂ ਨੇ ਤੇ ਬਾਡੀ ਵੀ ਦਾਨ ਕਰ ਦਿੱਤੀ ਔਰ ਕਿਸ ਕਿਸ ਬੰਦੇ ਦਾ ਅੱਗੋਂ ਫਾਇਦਾ ਹੋ ਜਾਂਦਾ। ਅੱਜ ਜਿੰਨੇ ਵੀ ਲੋਕ ਅੱਜ ਇੱਥੇ ਸ਼ਰਧਾਂਜਲੀ ਦੇਣ ਲਈ ਆਏ ਨੇ, ਮੇਰੀ ਸਭ ਨੂੰ ਬੇਨਤੀ ਹੈ ਕਿ ਸਰੀਰ ਤੇ ਇੱਕੋ ਵਾਰੀ ਇਹੋ ਜਿਹਾ ਮਿਲਿਆ, ਲੇਕਿਨ ਜੇ ਆਪਾਂ ਜਿਸ ਵੇਲੇ ਅਕਾਲ ਪੁਰਖ ਦਾ ਹੁਕਮ ਹੋ ਜਾਣਾ ਹੈ ਤੇ ਕੋਈ ਰਹਿ ਤੇ ਸਕਦਾ ਨਹੀਂ, ਸਭ ਨੇ ਟੁਰ ਜਾਣਾ। ਲੇਕਿਨ ਜੇ ਅਸੀਂ ਨਿਰਣੇ ਕਰ ਲਈਏ ਤੇ ਆਪਾਂ ਵੀ ਤੇ ਹੋ ਸਕਦਾ ਸਾਡੀਆਂ ਅੱਖਾਂ ਚੋਂ ਕੋਈ ਹੋਰ ਦੇਖਦਾ, ਹੋ ਸਕਦਾ ਸਰੀਰ ਦੇ ਕਿਸੇ ਹੋਰ ਹਿੱਸੇ ਤੋਂ ਕੋਈ ਹੋਰ ਬੰਦੇ ਦੀ ਜ਼ਿੰਦਗੀ ਬਣ ਜਾਏ। ਕਈ ਵਾਰੀ ਅਸੀਂ ਦੇਖਦੇ ਹਾਂ ਅਚਾਨਕ ਕਿਸੇ ਦਾ ਐਕਸੀਡੈਂਟ ਹੋਇਆ, ਜਵਾਨ ਬੱਚਾ ਹੁੰਦਾ ਤੇ ਉਹਦੇ ਬਾਡੀ ਪਾਰਟਸ ਦੇ ਨਾਲ ਵੀ ਜਿਹੜਾ ਹੈ ਚਾਰ ਬੰਦਿਆਂ ਦੀ ਜ਼ਿੰਦਗੀ ਜਿਹੜੀ ਆ ਉਹ ਬਚ ਜਾਂਦੀ ਹੈ। ਮੈਨੂੰ ਇਹ ਜਾਪਦਾ ਕਿ ਅੱਜ ਜਿੰਨੇ ਵੀ ਲੋਕ ਇੱਥੇ ਆਏ ਆ ਇਸ ਗੱਲ ਨੂੰ ਸਿਰਫ ਸੁਣ ਕੇ ਨਾ ਜਾਣ, ਆਪਣੇ ਸਰੀਰ ਦਾ ਅੰਗ ਦਾਨ, ਨੇਤਰ ਦਾਨ ਜਿਹੜਾ ਸਾਈਨ ਕਰਨ ਵਾਲਾ ਉਹ ਜ਼ਰੂਰ ਕਰਦਾ। ਇਸ ਤੋਂ ਵਧੀਆ ਤੁਸੀਂ ਸ਼ਰਧਾਂਜਲੀ ਨਹੀਂ ਦੇ ਸਕਦੇ, ਇਸ ਤੋਂ ਉੱਚੀ ਹੋਰ ਕੋਈ ਚੀਜ਼ ਨਹੀਂ ਹੈ। ਔਰ ਮੈਂ ਨਰੇਸ਼ ਜੀ, ਉਹਨਾਂ ਦੇ ਪਰਿਵਾਰ ਨੇ ਸਾਰਿਆਂ ਨੂੰ
ਮੈਂ ਹੱਥ ਬੰਨ ਕੇ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੀ ਪਾਰਟੀ ਵੱਲੋਂ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਹੈ ਨਰੇਸ਼ ਜੀ ਵਾਸਤੇ ਅਰਪਣ ਕਰਦਾ ਔਰ ਪਰਿਵਾਰ ਨੂੰ ਮੈਂ ਇਹ ਸਾਂਝ ਦਿਆਂਗਾ ਕਿ ਤੁਸੀਂ ਇਸ ਪਰਿਵਾਰ ਦੇ ਨਾਲ ਆਪਣੇ ਹੋਰ ਪਰਿਵਾਰਾਂ ਨੂੰ ਵੀ ਨਾਲ ਜੋੜ ਕੇ ਇਹ ਸ਼ਿਕਸ਼ਾ ਜਿਹੜੀ ਨਰੇਸ਼ ਜੀ ਨੇ ਆਪਣੇ ਜੀਵਨ ਚ ਦਿੱਤੀ ਹੈ ਜੇ ਸਾਰਿਆਂ ਨੂੰ ਵੀ ਜੋੜ ਲਓਗੇ ਤੇ ਤੁਹਾਡੇ ਜਿਹੜਾ ਗੁਰੂ ਸਾਹਿਬ ਦਾ ਵੀ ਜਿਹੜਾ ਹੁਕਮ ਹੈ ਉਹ ਵੀ ਤੁਸੀਂ ਮੰਨ ਪਾਓਗੇ ਔਰ ਆਪਣੇ ਜੀਵਨ ਦਾ ਸਹੀ ਅਰਥ ਸਮਝ ਪਾਓਗੇ। ਮੈਨੂੰ ਲੱਗਦਾ ਕਿ ਅੱਜ ਸ਼ਰਧਾਂਜਲੀ ਦੇ ਵਿਚ ਅਗਰ ਇੱਥੋਂ 100 ਬੰਦੇ ਵੀ ਨਾਲ ਇਸ ਕੰਮ ਵਾਸਤੇ ਅੱਗੇ ਵਧਦੇ ਆ ਤੇ ਇਹ ਸਭ ਤੋਂ ਵਧੀਆ ਸ਼ਰਧਾਂਜਲੀ ਨਰੇਸ਼ ਜੀ ਨੂੰ ਹੋਏਗੀ। ਓਮ ਸ਼ਾਂਤੀ ਸ਼ਾਂਤੀ।